ਸਾਥੀਓ ਅੱਜ ਦੇ ਅਖਬਾਰਾਂ ਵਿੱਚ ਸੈਂਟਰਲ ਬੈਂਕ ਡਿਜੀਟਲ ਕਰੰਸੀ ਦੀ ਵੀ ਕਾਫੀ ਚਰਚਾ ਹੈ ਇਸ ਨਾਲ ਡਿਜੀਟਲ ਇਕਨੋਮੀ ਨੂੰ ਵੱਡਾ ਹੁਲਾਰਾ ਮਿਲੇਗਾ ਇਹ ਡਿਜੀਟਲ ਰੁਪਇਆ ਹਾਲੇ ਜੋ ਸਾਡੀ ਫਿਜ਼ੀਕਲ ਕਰੰਸੀ ਹੈ ਉਸੇ ਦਾ ਡਿਜੀਟਲ ਰੂਪ ਹੋਵੇਗਾ ਅਤੇ ਇਸ ਨੂੰ ਆਰਬੀਆਈ ਦੁਆਰਾ ਜਾਰੀ ਕੀਤਾ ਜਾਵੇਗਾ ਉਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾਵੇਗਾ ਮੋਨਿਟਰ ਕੀਤਾ ਜਾਵੇਗਾ ਉਸ ਦਾ ਵਿਸਥਾਰ ਕੀਤਾ ਜਾਵੇਗਾ ਇਸ ਨੂੰ ਫਿਜ਼ੀਕਲ ਕਰੰਸੀ ਦੇ ਨਾਲ ਐਕਸਚੇਂਜ ਕੀਤਾ ਜਾ ਸਕੇਗਾ ਜਿਵੇਂ ਕਿ ਜੇਕਰ ਕੋਈ ਤੁਹਾਨੂੰ ਡਿਜੀਟਲ ਰੁਪਈ ਵਿੱਚ ਪੇ ਕਰੇਗਾ ਤਾਂ ਤੁਸੀਂ ਉਸ ਨੂੰ ਕੈਸ਼ ਵਿੱਚ ਬਦਲ पाओगे ਡਿਜੀਟਲ ਪੇਮੈਂਟ ਆਨਲਾਈਨ ਪੇਮੈਂਟ ਰਿਟੇਲ ਪੇਮੈਂਟ ਵਧੇਰੇ ਸੁਰੱਖਿਅਤ ਹੋਵੇਗਾ ਰਿਸਕ ਫਰੀ ਹੋਵੇਗਾ ਇੱਕ ਗਲੋਬਲ ਡਿਜੀਟਲ ਪੇਮੈਂਟ ਸਿਸਟਮ ਦੇ ਨਿਰਮਾਣ ਵਿੱਚ ਵੀ ਸਹੂਲਤ ਹੋਵੇਗੀ ਇਹ ਡਿਜੀਟਲ ਰੁਪਈਆ ਫਿਨਟੈਕ ਨਾਲ ਜੁੜੇ ਸੈਕਟਰ ਨੂੰ ਅਨੇਕ ਮੌਕੇ ਦੇਵੇਗਾ ਇਸ ਨਾਲ ਕੈਸ਼ ਨੂੰ ਪ੍ਰਿੰਟ ਕਰਨ ਦਾ ਹੈਂਡਲ ਕਰਨ ਦਾ ਵੰਡਣ ਵਿੱਚ ਜੋ ਬੋਝ ਪੈਂਦਾ ਹੈ ਉਹ ਵੀ ਘਟ ਹੋਵੇਗਾ